ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸੈ ਭੰ ਗੁਰ ਪ੍ਰਸਾਦਿ ਜਪੋ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਪੀ ਸਚ ਆਦੂ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰੂ ਜੀ ਨੇ ਬੜੀ અપਾਰ ਕਿਰਪਾ ਰਹਿਮਤ ਸਦਕਾ ਲੜੀਵਾਰ ਸ੍ਰੀ ਜਪਜੀ ਸਾਹਿਬ ਜੀ ਦੀ ਸ਼ਬਦ ਵਿਚਾਰ ਦੀਆਂ ਹਾਜ਼ਰੀਆਂ ਭਰਦੀਆਂ ਹੋਈਆਂ ਆਪ ਸੰਗਤਾਂ ਦੇ ਦਰਸ਼ਨ ਦੇ ਧਾਰੇ ਬਖਸ਼ਿਸ਼ ਕੀਤੇ ਨੇ ਸੋ ਸਤਿਗੁਰ ਨੇ ਕਿਰਪਾ ਕੀਤੀ ਹੈ ਕਿ ਅੱਜ ਦੀ ਹਾਜ਼ਰੀ ਆਪਣੀ ਆਖਰੀ ਹਾਜ਼ਰੀ ਹੈ ਸਤਿਗੁਰੂ ਕਿਰਪਾ ਕਰਨ ਆਪ ਕਿਰਪਾ ਕਰਕੇ ਅੱਜ ਦੀ ਸੰਪੂਰਨਤਾ ਜੋ ਸ਼ਬਦੀ ਵਿਚਾਰ ਆਪਾਂ ਲੜੀਵਾਰ ਸ਼ਬਦ ਸਰਵਣ ਕਰਦੇ ਆ ਰਹੇ ਹਾਂ ਆਪਣੀ ਰਹਿਮਤ ਆਪਣੇ ਹੁਕਮ ਅਨੁਸਾਰ ਕਰਵਾ ਲੈਣ ਤੇ ਅੱਜ ਦੇ ਸ਼ਬਦ ਦੇ ਵਿੱਚ ਸਤਿਗੁਰੂ ਜੀ ਕੀ ਫਰਮਾਨ ਕਰਦੇ ਨੇ ਸਤਿਗੁਰੂ ਜੀ ਦੇ ਨਾਲ ਸਾਂਝ ਕਰੀਏ ਤੇ ਜਿਹੜੇ ਸਾਰੀਆਂ ਹਾਜ਼ਰੀਆਂ ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਮਿਹਰ ਕਰਕੇ ਆਪ ਸੰਗਤਾਂ ਦੇ ਨਾਲ ਸਾਂਝ ਕਰਨ ਦਾ ਉਪਰਾਲਾ ਬਖਸ਼ਿਸ਼ ਕੀਤਾ ਹੈ ਸਤਿਗੁਰੂ ਜੀ ਦਾ ਅੰਤ ਦੇ ਵਿੱਚ ਆਪਾਂ ਧੰਨਵਾਦ ਕਰਦੇ ਹਾਂ ਗੁਰੂ ਦੇ ਸ਼ਬਦ ਦੇ ਨਾਲ ਜੁੜਨ ਦੀ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ ਸਤਿਗੁਰੂ ਤੇ ਪਾਸੋਂ ਇਹ ਦਾਤ ਵੀ ਮੰਗੀ ਹੈ ਜੀ ਸੋ ਆਓ ਸਤਿਗੁਰੂ ਜੀ ਕੀ ਕਿਰਪਾ ਕਰਦੇ ਨੇ ਸਤਿਗੁਰੂ ਜੀ ਦੇ ਸ਼ਬਦ ਦੇ ਨਾਲ ਜੁੜ ਕਰਕੇ ਹੀ ਆਪਾਂ ਉਹ ਸਮਝਣ ਦਾ ਯਤਨ ਕਰੀਏ ਜੱਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਜੱਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਭਾਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸੋ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਕਿ ਜਿੱਥੇ ਸਤਿਗੁਰ ਨੇ ਪਹਿਲਾਂ ਸੰਗ ਜੀ ਆਪਾਂ ਪੌੜੀਆਂ ਦੇ ਅੰਦਰ ਸਰਵਣ ਕਰਦੇ ਆਏ ਆ ਗੁਰਬਾਣੀ ਸ਼ਬਦ ਦੇ ਰੂਪ ਦੇ ਵਿੱਚ ਕਿ ਕਿਵੇਂ ਉਸ ਪਰਮਾਤਮਾ ਜੀ ਦੇ ਸੱਚਖੰਡ ਤੱਕ ਪਹੁੰਚਣ ਵਾਸਤੇ ਚਾਰ ਖੰਡਾਂ ਦਾ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ। ਉਹਨਾਂ ਦੇ ਵਿੱਚ ਦੀ ਹੁੰਦਿਆਂ ਹੋਇਆਂ ਸ਼ਬਦ ਦੇ ਨਾਲ ਜੁੜ ਕਰਕੇ ਪ੍ਰਮਾਤਮਾ ਦੇ ਸੱਚਖੰਡ ਤੱਕ ਜਾਇਆ ਜਾ ਸਕਦਾ ਹੈ। ਤੇ ਫਿਰ ਉਸ ਤੋਂ ਅੱਗੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਕਿ ਭਾਈ ਕਿਵੇਂ ਜੀਵਨ ਕਢਿਆ ਜਾਵੇ, ਕਿਵੇਂ ਉਸ ਪ੍ਰਮਾਤਮਾ ਦੇ ਉਸ ਸੱਚਖੰਡ ਤੱਕ ਜਾਣ ਦੇ ਵਾਸਤੇ ਅਸੀਂ ਉਸ ਪ੍ਰਮਾਤਮਾ ਦੇ ਲਾਇਕ ਬਣ ਜਾਈਏ। ਫਿਰ ਸਤਿਗੁਰੂ ਜੀ ਨੇ ਦੁਨਿਆਵੀ ਰੂਪ ਦੇ ਵਿੱਚ ਸਮਝਣ ਵਾਸਤੇ ਕਿਰਪਾ ਕੀਤੀ ਹੈ ਕਿ ਜਿਵੇਂ ਇੱਕ ਸੁਨਿਆਰਾ ਘਾੜਤ ਘੜਦਾ ਹੈ ਤੇ ਉਸ ਚੀਜ਼ ਨੂੰ ਉਸ ਧਾਤ ਨੂੰ ਆਕਾਰ ਦੇ ਕੇ ਸ਼ੇਪ ਦੇ ਕਰਕੇ ਇੱਕ ਅਮੁੱਲੀ ਚੀਜ਼ ਬਣਾ ਦਿੰਦਾ ਹੈ ਇਸੇ ਪ੍ਰਕਾਰ ਗੁਰੂ ਦਾ ਸ਼ਬਦ ਗੁਰੂ ਦਾ ਨਾਮ ਕਿਰਪਾ ਕਰਦਾ ਹੈ ਮਨੁੱਖ ਦੇ ਉੱਪਰ ਤੇ ਮਨੁੱਖ ਨੂੰ ਇੰਨਾ ਜੋਗ ਬਣਾ ਦਿੰਦਾ ਹੈ ਕਿ ਉਹ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਪਹੁੰਚਣ ਦੇ ਜੋਗ ਬਣ ਜਾਵੇ ਪਰ ਸਤਗੁਰੂ ਜੀ ਨੇ ਸੰਗਤ ਜੀ ਕਿਰਪਾ ਕੀਤੀ ਹੈ ਜਤ ਪਹਾਰਾ ਧੀਰਜ ਸੁਨਿਆਰ ਪਹਾਰਾ ਕਿਹਾ ਜਾਂਦਾ ਹੈ ਪੱਠੀ ਨੂੰ ਜਿਹਦੇ ਵਿੱਚ ਅੱਗ ਬਾਲੀ ਜਾਂਦੀ ਹੈ ਤੋ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਜੱਤ ਪਹਾਰਾ ਧੀਰਜ ਸੁਨਿਆਰ ਸੁਨਿਆਰ ਹੈ ਗਹਿਣੇ ਬਣਾਉਣ ਵਾਲਾ ਕਿ ਭਾਈ ਜੱਤ ਜਿਹੜਾ ਹੈ ਉਹ ਇੱਕ ਪੱਠੀ ਦੀ ਤਰ੍ਹਾਂ ਹੈ ਜਿਹਦੇ ਅੰਦਰ ਅੱਗ ਬਾਲੀ ਜਾਂਦੀ ਹੈ ਚੀਜ਼ ਨੂੰ ਤਪਾਇਆ ਜਾਂਦਾ ਹੈ ਤੇ ਗਹਿਣੇ ਬਣਾਉਣ ਤੋਂ ਪਹਿਲਾਂ ਸੁਨਿਆਰ ਸੰਗਤ ਜੀ ਉਸ ਧਾਤ ਨੂੰ ਇੱਕ ਪੱਠੀ ਦੇ ਉੱਪਰ ਪਾ ਕਰਕੇ ਥੱਲੇ ਅੱਗ ਬਾਲਦੇ ਨੇ ਤੇ ਉਹਨੂੰ ਗਰਮ ਕਰਦੇ ਨੇ ਤੇ ਉਹਦਾ ਆਕਾਰ ਬਣਾਉਣ ਵਾਸਤੇ ਉਹਨੂੰ ਪਹਿਲਾਂ ਤਪਾਇਆ ਜਾਂਦਾ ਹੈ ਇਸੇ ਪ੍ਰਕਾਰ ਉਸ ਪਰਮਾਤਮਾ ਦੇ ਸੱਚਖੰਡ ਤੱਕ ਪਹੁੰਚਣ ਵਾਸਤੇ ਉਸ ਪਰਮਾਤਮਾ ਦੇ ਚਰਨਾਂ ਤੱਕ ਪਹੁੰਚਣ ਵਾਸਤੇ ਆਪਣੇ ਜੀਵਨ ਦੇ ਅੰਦਰ ਜਤ ਨੂੰ ਕਮਾਉਣਾ ਪਵੇਗਾ ਜਤੀ ਕਿਹੜਾ ਹੈ ਜਿਹੜਾ ਆਪਣੇ ਪਰਮਾਤਮਾ ਦੇ ਸ਼ਬਦ ਤੋਂ ਬਗੈਰ ਕਿਸੇ ਹੋਰ ਦੇ ਨਾਲ ਨਹੀਂ ਜੁੜਦਾ ਭਾਵ ਆਪਣੇ ਜਤ ਨੂੰ ਆਪਣੀ ਤਪੱਸਿਆ ਨੂੰ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੋੜੀ ਰੱਖਿਆ ਜਿਹੜਾ ਇੱਕ ਦਾ ਪੁਜਾਰੀ ਹੈ ਤੇ ਜਿਹੜਾ ਸੰਗਤ ਜੀ ਸੋਮਵਾਰ ਕਿਤੇ ਮੰਗਲਵਾਰ ਕਿਤੇ ਬੁੱਧਵਾਰ ਕਿਤੇ ਕਹਿਣ ਤੋਂ ਭਾਵ ਦਿਨਾਂ ਦੇ ਪ੍ਰਕਾਰ ਦਿਨਾਂ ਦੇ ਨਾਲ ਆਪਣੇ ਗੁਰੂ ਬਦਲਦਾ ਹੈ ਕਦੇ ਕਿਤੇ ਜਾ ਕੇ ਅਰਦਾਸ ਕਰਾ ਲਈ ਕਦੇ ਕਿਤੇ ਜਾ ਕੇ ਮੱਥਾ ਟੇਕ ਲਿਆ ਕਦੇ ਕਿਤੇ ਜਾ ਕੇ ਚਾਦਰ ਚੜ੍ਹਾ ਲਈ ਕਹਿਣ ਤੋਂ ਭਾਵ ਕਿ ਇੱਕ ਜਗ੍ਹਾ ਮਨ ਟਿਕਾਇਆ ਹੀ ਨਹੀਂ ਆਪਣੇ ਜਤ ਨੂੰ ਕਾਇਮ ਹੀ ਨਹੀਂ ਰੱਖਿਆ ਕਿ ਇੱਕ ਪਰਮਾਤਮਾ ਇੱਕ ਪ੍ਰਭੂ ਦੇ ਨਾਲ ਜੁੜੀਏ ਜਿੱਥੇ ਜਿੰਨੇ ਦੱਸਿਆ ਉਹਦੇ ਮਗਰ ਲੱਗ ਕਰਕੇ ਚਲਾ ਗਿਆ ਹੈ ਜੀਵਨ ਦੇ ਸੁੱਖ ਭਾਲਦੇ ਦੁੱਖ ਤੇ ਜੀਵਨ ਚ ਕੋਈ ਵੀ ਨਹੀਂ ਚਾਹੁੰਦਾ ਤੇ ਸੁੱਖਾਂ ਦੀ ਪ੍ਰਾਪਤੀ ਵਾਸਤੇ ਹਰ ਇੱਕ ਰਸਤੇ ਤੇ ਹਰ ਇੱਕ ਗੁਰੂ ਨੂੰ ਹਰ ਇੱਕ ਪੀਰ ਨੂੰ ਤੇ ਆਉਂਦਾ ਜਾਂਦਾ ਹੈ ਮਨ ਦਾ ਕਿਸੇ ਨੂੰ ਨਹੀਂ ਕੇਵਲ ਖਾਣਾ ਪੂਰਤੀ ਕੀਤੀ ਹੈ ਕਿ ਇੱਥੇ ਵੀ ਮੱਥਾ ਟੇਕ ਦਈਏ ਇੱਥੇ ਵੀ ਮੱਥਾ ਟੇਕ ਦਈਏ ਇਹ ਵੀ ਸੁਣ ਲੈ ਇਹ ਵੀ ਸੁਣ ਲੈ ਤੇ ਉਹ ਮਨ ਦੇ ਅੰਦਰ ਭਰੋਸਾ ਨਹੀਂ ਰੱਖਿਆ ਕਿ ਜੇ ਮੈਂ ਇੱਕ ਦੇ ਉੱਪਰ ਭਰੋਸਾ ਰੱਖਾਂ ਤੇ ਉਹ ਮੇਰੀ ਸੁਣੇਗਾ ਉਹ ਮੇਰੀ ਪੂਰੀ ਪਾਵੇਗਾ ਇੱਕ ਦੁਨਿਆਵੀ ਦ੍ਰਿਸ਼ਟਾਂਤ ਆਪ ਜੀ ਦੇ ਨਾਲ ਸਾਂਝਾ ਕਰਾਂ ਜੀਵਨ ਦੇ ਅੰਦਰ ਵਿਚਰਦੇ ਆਪ ਨੇ ਦੇਖਿਆ ਹੋਵੇਗਾ ਕਿ ਕਈ ਵਾਰ ਪੰਜਾਬ ਦੀ ਧਰਤੀ ਤੇ ਖਾਸ ਕਰਕੇ ਕੋਈ ਮੰਗ ਤੇ ਲੋਕ ਜਿਹੜੇ ਨੇ ਉਹ ਆਉਂਦੇ ਨੇ ਦਰਵਾਜ਼ਾ ਖੜਕਾਉਂਦੇ ਨੇ ਤੇ ਆਪਣੇ ਵਾਸਤੇ ਭੋਜਨ ਪ੍ਰਸ਼ਾਦੇ ਦੀ ਮੰਗ ਕਰਦੇ ਨੇ ਤੇ ਘਰ ਅੰਦਰ ਜਿਹੜਾ ਕੋਈ ਵੀ ਸਾਡੀਆਂ ਬੀਬੀਆਂ ਭੈਣਾ ਬਜ਼ੁਰਗ ਹੁੰਦੇ ਨੇ ਜੋ ਸਰਦਾ ਬਣਦਾ ਉਹਨਾਂ ਨੂੰ ਦੇ ਦਿੰਦੇ ਨੇ ਪਰ ਇੱਥੇ ਸਮਝਣਯੋਗ ਗੱਲ ਇਹ ਹੈ ਕਿ ਜੇਕਰ ਕੋਈ ਮੰਗਤਾ ਐਸਾ ਹੋਵੇ ਕਿ ਜਿਹੜਾ ਆ ਕੇ ਰੋਜ਼ਾਨਾ ਤੁਹਾਡਾ ਦਰਵਾਜ਼ਾ ਖੜਕਾਉਂਦਾ ਹੈ ਤੇ ਕੇਵਲ ਦੋ ਪ੍ਰਸ਼ਾਦਿਆਂ ਦੀ ਮੰਗ ਕਰਦਾ ਤੇ ਤੁਸੀਂ ਦੇਖਦੇ ਹੋ ਕਿ ਇਹ ਰੋਜ਼ਾਨਾ ਇੱਕੋ ਸਮੇਂ ਤੇ ਆਉਂਦਾ ਉਸੇ ਸਮੇਂ ਤੇ ਆ ਕੇ ਦਰਵਾਜ਼ਾ ਖੜਕਾਉਂਦਾ ਹੈ ਤੇ ਦੋ ਪ੍ਰਸ਼ਾਦੇ ਮੰਗਦਾ ਹੈ ਨਾ ਵੱਧ ਨਾ ਘੱਟ ਤੇ ਦੋ ਪ੍ਰਸ਼ਾਦੇ ਲੈ ਕਰਕੇ ਪ੍ਰਸ਼ਾਦੇ ਛਕਦਾ ਹੈ ਤੇ ਜਿਹੋ ਜਿਹੇ ਤੁਸੀਂ ਦੇ ਦਿੱਤੇ ਭਾਵੇਂ ਰੁੱਖੇ ਦੇ ਦਿੱਤੇ ਭਾਵੇਂ ਤੁਸੀਂ ਚੋਪੜ ਕੇ ਦੇ ਦਿੱਤੇ ਭਾਵੇਂ ਦਾਲ ਸਬ지 ਨਾਲ ਦੇ ਦਿੱਤੇ ਤੇ ਭਾਵੇਂ ਆਚਾਰ ਨਾਲ ਦੇ ਦਿੱਤੇ ਵੀ ਕਦੇ ਗਿਲਾ ਸ਼ਿਕਵਾ ਨਹੀਂ ਕਰਦਾ ਦੋ ਪ੍ਰਸ਼ਾਦੇ ਮੰਗਦਾ ਹੈ ਉਹਨੂੰ ਦੇ ਦਿੰਨੇ ਆ ਉਹ ਖਾਂਦਾ ਤੇ ਖਾ ਕੇ ਚਲਿਆ ਜਾਂਦਾ ਇੱਕ ਦਿਨ ਦੋ ਦਿਨ ਚਾਰ ਦਿਨ ਅਸੀਂ ਦੇਖਾਂਗੇ ਕਿ ਭਾਈ ਇਹਦੀ ਰੋਜ਼ ਦੀ ਕਾਰ ਹੈ ਰੋਜ਼ ਆਉਂਦਾ ਹੈ ਬੂਹਾ ਖੜਕਾਉਂਦਾ ਹੈ ਦੋ ਪ੍ਰਸ਼ਾਦੇ ਛਕਦਾ ਹੈ ਤੇ ਚਲਿਆ ਜਾਂਦਾ ਤੇ ਤੁਸੀਂ ਦੇਖੋਗੇ ਕਿ ਭਾਈ ਇਸ ਦੀ ਐਡੀ ਕੋ ਜਿਹੜੀ ਹੈ ਮੰਗ ਹੈ ਤੇ ਜਦੋਂ ਇਹਦੀ ਮੰਗ ਪੂਰੀ ਹੋ ਜਾਂਦੀ ਹੈ ਉਸ ਤੋਂ ਅੱਗੇ ਨਹੀਂ ਜਾਂਦਾ ਤੇ ਦੂਸਰੇ ਸਥਾਨ ਤੇ ਤੁਸੀਂ ਦੇਖੋਗੇ ਕਿ ਭਾਈ ਕੋਈ ਐਸਾ ਵੀ ਹੈ ਕਿ ਜਿਹੜਾ ਆਉਂਦਾ ਹੈ ਪਹਿਲਾਂ ਤੁਹਾਡਾ ਬੂਹਾ ਖੜਕਾਉਂਦਾ ਹੈ ਫਿਰ ਉਸ ਤੋਂ ਅਗਲਾ ਘਰ ਫਿਰ ਉਸ ਤੋਂ ਅਗਲਾ ਘਰ ਫਿਰ ਉਸ ਤੋਂ ਅਗਲਾ ਘਰ ਕਿ ਸਾਰੇ ਨਗਰ ਦਾ ਸਾਰੇ ਪਿੰਡ ਦਾ ਦੌਰਾ ਕਰਕੇ ਫਿਰ ਜਾਂਦਾ ਹੈ ਤੇ ਫਿਰ ਸਾਡੇ ਮਨ ਦੇ ਅੰਦਰ ਸੰਗਤ ਜੀ ਇਹ ਭਾਵਨਾ ਆ ਜਾਂਦੀ ਹੈ ਕਿ ਕੋਈ ਗੱਲ ਨਹੀਂ ਜੇ ਅਸੀਂ ਇਹਨੂੰ ਪ੍ਰਸ਼ਾਦਾ ਨਾਂ ਵੀ ਦਿੱਤਾ ਤੇ ਸਾਰੇ ਪਿੰਡ ਜਿੰਨੇ ਫਿਰਨਾ ਹੈ ਕਿਸੇ ਨਾ ਕਿਸੇ ਨੇ ਤੈਨੂੰ ਸ਼ਿਕਾਇਤ ਦੇਣਾ ਹੈ ਸੋ ਅਸੀਂ ਉਹਦੇ ਬਾਰੇ ਬਹੁਤਾ ਉਹ ਆਪਣੇ ਮਨ ਦੇ ਅੰਦਰ ਕੋਈ ਵਿਚਾਰ ਨਹੀਂ ਰੱਖਦੇ ਤੇ ਕਈ ਵਾਰ ਸੁਣਦਿਆਂ ਹੋયા ਵੀ ਜਾਣਦਿਆਂ ਹੋયા ਵੀ ਅਸੀਂ ਬੁਹਾ ਨਹੀਂ ਖੋਲਦੇ ਕਿ ਕੋਈ ਗੱਲ ਨਹੀਂ ਪਈ ਆਪੇ ਅੱਗੇ ਚੱਲਿਆ ਜਾਵੇਗਾ ਇਹਦਾ ਤੇ ਰੋਜ਼ ਦਾ ਕੰਮ ਹੈ ਸਾਰੇ ਪਿੰਡ ਦੇ ਦਰਵਾਜ਼ੇ ਖੜਕਾਉਣੇ ਨੇ ਤੇ ਕਿਤੇ ਉਹਨਾਂ ਕਿਤੇ ਉਹ ਜੋ ਵੀ ਮਿਲ ਗਿਆ ਤੇ ਇਹਨੇ ਲੈ ਕੇ ਝੋਲੀ ਭਰ ਕੇ ਚੱਲਿਆ ਜਾਣਾ ਸੋ ਮੇਰੇ ਕਹਿਣ ਤੋਂ ਭਾਵ ਕਿ ਜਿਹੜਾ ਦਰ ਦਰ ਤੇ ਫਿਰਦਾ ਹੈ ਰੋਜ਼ਾਨਾ ਸਭ ਦੇ ਘਰਾਂ ਦੇ ਅੰਦਰ ਜਾਂਦਾ ਹੈ ਉਹਦੀ ਕਦਰ ਘਟ ਜਾਂਦੀ ਹੈ ਅਸੀਂ ਵੀ ਉਹਨੂੰ ਅਣਗੌਲਿਆ ਕਰਨਾ ਸ਼ੁਰੂ ਕਰ ਦਿੰਦੇ ਆ ਕਿ ਚਲੋ ਮੈਂ ਨਾ ਸਹੀ ਤੇ ਕੋਈ ਹੋਰ ਇਹਦੀ ਆਸ ਪੂਰੀ ਕਰ ਦੇਗਾ ਤੇ ਜਿਹੜਾ ਇੱਕ ਮੰਗਤਾ ਕੇਵਲ ਤੁਹਾਡੇ ਦਰਵਾਜ਼ੇ ਤੇ ਹੀ ਆਉਂਦਾ ਹੈ ਤੇ ਤੁਹਾਡੇ ਤੋਂ ਪ੍ਰਸ਼ਾਦਾ ਛੱਕ ਕੇ ਵਾਪਸ ਚਲਿਆ ਜਾਂਦਾ ਹੈ ਹੋਰ ਕਿਸੇ ਦਾ ਬੂਹਾ ਨਹੀਂ ਖੜਕਾਉਂਦਾ ਯਾਦ ਰੱਖਿਆ ਜੇ ਅਸੀਂ ਉਸ ਮੰਗਤੇ ਦੀ ਉਡੀਕ ਕਰਨੀ ਸ਼ੁਰੂ ਕਰ ਦਿਆਂਗੇ ਕਿ ਭਾਈ ਰੋਜ਼ਾਨਾ ਇਸ ਸਮੇਂ ਤੇ ਆਉਂਦਾ ਹੈ ਮੇਰਾ ਬੂਹਾ ਖੜਕਾਉਂਦਾ ਹੈ ਦੋ ਪ੍ਰਸ਼ਾਦੇ ਛੱਕ ਕੇ ਚਲਾ ਜਾਂਦਾ ਹੈ ਹੋਵੇ ਨਾ ਮੈਂ ਘਰ ਦਾ ਬੂਹਾ ਬੰਦ ਕਰਕੇ ਚਲਿਆ ਜਾਵਾਂ ਤੇ ਉਹ ਆਵੇ ਤੇ ਉਹਨੂੰ ਭੁੱਖਾ ਮੁੜਨਾ ਪਵੇ ਜੇ ਆ ਕੇ ਦੋ ਪ੍ਰਸ਼ਾਦੇ ਛੱਕ ਕੇ ਚਲਿਆ ਜਾਂਦਾ ਹੈ ਨਾ ਕੁਝ ਵੱਧ ਮੰਗਦਾ ਹੈ ਨਾ ਕੁਝ ਘੱਟ ਮੰਗਦਾ ਹੈ ਕੇਵਲ ਆਪਣੇ ਜੀਉਣ ਵਾਸਤੇ ਪ੍ਰਸ਼ਾਦਾ ਛੱਕਦਾ ਹੈ ਤੇ ਉਸ ਮੰਗਤੇ ਨਾਲ ਉਹਦੇ ਰੇ ਉਡੀਕ ਸਾਨੂੰ ਹੋਵੇਗੀ ਤੇ ਜਾਣ ਤੋਂ ਪਹਿਲਾਂ ਅਸੀਂ ਕਹਿ ਕੇ ਜਾਵਾਂਗੇ ਕਿ ਭਾਈ ਦੋ ਪ੍ਰਸ਼ਾਦੇ ਪਾਏ ਨੇ ਜੇ ਉਹ ਫਲਾਣਾ ਮੰਗਤਾ ਆਇਆ ਤੇ ਉਹਨੂੰ ਦੇ ਦਿਆ ਜੀ ਸੋ ਇਹਦੇ ਹੈ ਦੁਨਿਆਵੀ ਦਿਸਤਾਂਤ ਇਸੇ ਪ੍ਰਕਾਰ ਸੰਗਤ ਜੀ ਇੱਕ ਪ੍ਰਮਾਤਮਾ ਨੂੰ ਮੰਨਣ ਵਾਲੇ ਇੱਕ ਦਰ ਤੇ ਜਾਣ ਵਾਲੇ ਇੱਕ ਪ੍ਰਭੂ ਦੀ ਅराधना ਕਰਨ ਵਾਲਿਆਂ ਦੀ ਉਡੀਕ ਫਿਰ ਉਹ ਪ੍ਰਮਾਤਮਾ ਵੀ ਕਰਦਾ ਉਹਨੂੰ ਪਤਾ ਹੈ ਕਿ ਭਾਈ ਇਹਨੇ ਮੇਰੇ ਦਰ ਤੋਂ ਬਗੈਰ ਕਿਸੇ ਹੋਰ ਦੇ ਦਰ ਤੇ ਨਹੀਂ ਜਾਣਾ ਜੇ ਮੈਂ ਇਹਦੀ ਲੋੜ ਪੂਰੀ ਨਾ ਕੀਤੀ ਤੇ ਭੁੱਖਾ ਭਾਵੇਂ ਰਹਿ ਲੇਗਾ ਪਰ ਇਹਨੇ ਕਿਸੇ ਹੋਰ ਦੇ ਅੱਗੇ ਜਾ ਕੇ ਹੱਥ ਨਹੀਂ ੱਡਣਾ ਸੋ ਇੱਥੇ ਭਾਵੇਂ ਅੱਲਾ ਨੂੰ ਮੰਨਣ ਵਾਲੇ ਹੋਣ ਭਾਵੇਂ ਰਾਮ ਨੂੰ ਮੰਨਣ ਵਾਲੇ ਹੋਣ ਭਾਵੇਂ ਵਾਹਿਗੁਰੂ ਨਿਰੰਕਾਰ ਨੂੰ ਮੰਨਣ ਵਾਲੇ ਹੋਣ ਗੱਲ ਇੱਕ ਦੀ ਹੈ ਕਿ ਜਿਹੜਾ ਇੱਕ ਦਾ ਪੱਲਾ ਫੜ ਲੈਂਦਾ ਹੈ ਇੱਕ ਦੇ ਦਰ ਤੇ ਆਉਣਾ ਸ਼ੁਰੂ ਕਰ ਦਿੰਦਾ ਹੈ ਤੇ ਫਿਰ ਉਹ ਇੱਕ ਵੀ ਉਹਦੀ ਉਡੀਕ ਕਰਦਾ ਹੈ ਤੇ ਜਿਹੜਾ ਰੋਜ਼ਾਨਾ 10 ਬੂਹੇ ਖੜਕਾ ਕੇ ਮੁੜਦਾ ਹੈ ਫਿਰ ਘਰ ਵਾਲੇ ਵੀ ਉਹਦੀ ਉਡੀਕ ਕਰਨੀ ਛੱਡ ਦਿੰਦੇ ਨੇ ਕਿ ਪਾਈ ਇਹਨੇ ਤੇ ਸਾਰੇ ਪਿੰਡ ਦਾ ਦੌਰਾ ਕਰਨਾ ਹੈ ਇਸੇ ਪ੍ਰਕਾਰ ਇੱਕ ਨੂੰ ਛੱਡ ਕੇ ਸਾਰੇ ਗੁਰੂ ਪੀਰ ਮਨਾਉਂਦਿਆਂ ਮਨਾਉਂਦਿਆਂ ਸਭ ਦੇ ਅੱਗੇ ਅਰਦਾਸਾਂ ਕਰਦਿਆਂ ਕਰਦਿਆਂ ਫਿਰ ਇੱਕ ਤੋਂ ਵੀ ਨਹੀਂ ਝੋਲੀ ਭਰੀ ਜਾਂਦੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਭਾਈ ਇਹਦਾ ਭਰੋਸਾ ਤੇ ਕਿਸੇ ਤੇ ਹੈ ਨਹੀਂ ਕੇਵਲ ਖਾਣਾ ਪੂਰਤੀ ਕਰਦਾ ਹੈ ਕਿ ਇੰਨੇ ਨਾ ਸੁਣੀ ਤੇ ਉਹ ਸੁਣ ਲੇਗਾ ਇੰਨੇ ਨਾ ਸੁਣੀ ਤੇ ਉਹਦੂ ਅਗਲਾ ਸੁਣ ਲੇਗਾ ਯਕੀਨ ਵਿਸ਼ਵਾਸ ਇੱਕ ਤੇ ਨਹੀਂ ਬਣਾਇਆ ਤੇ ਜਦੋਂ ਇੱਕ ਤੇ ਵਿਸ਼ਵਾਸ ਤੇ ਭਰੋਸਾ ਬਣ ਜਾਵੇਗਾ ਤੇ ਫਿਰ ਉਹ ਇੱਕ ਦੀ ਮਜਬੂਰੀ ਬਣ ਜਾਵੇਗੀ ਉਸ ਇੱਕ ਦੀ ਇਹ ਕਿਰਪਾ ਕਰਨੀ ਪਵੇਗੀ ਕਿ ਭਾਈ ਇਹਨੇ ਮੇਰੇ ਦਰ ਦਾ ਆਸਰਾ ਲਿਆ ਹੈ ਮੇਰੇ ਤੋਂ ਬਗੈਰ ਕਿਸੇ ਹੋਰ ਦਾ ਸਹਾਰਾ ਇਹ ਨਹੀਂ ਜੇ ਲੈਂਦਾ ਤੇ ਮੈਨੂੰ ਇਹਦੀ ਆਸ ਮੁਰਾਦ ਉਹ ਪੂਰੀ ਕਰਨੀ ਪੈਣੀ ਹੈ ਫਿਰ ਸਤਿਗੁਰੂ ਜੀ ਫਿਰ ਇੱਥੇ ਕਿਰਪਾ ਕਰਕੇ ਸਮਝਾ ਰਹੇ ਨੇ ਜੱਤ ਪਹਾਰਾ ਧੀਰੇਜ ਸੁਨਿਆਰ ਫਿਰ ਜਿਹੜਾ ਆਪਣੇ ਜੱਤ ਦੀ ਪਾਲਣਾ ਕਰਦਾ ਹੈ ਆਪਣੇ ਆਪ ਨੂੰ ਇਸ ਜੱਤ ਰੂਪੀ ਪੱਠੀ ਦੇ ਵਿੱਚ ਤਪਾ ਲੈਂਦਾ ਏ ਧੀਰੇਜ ਰੂਪ ਸੁਨਿਆਰ ਕਿ ਮਨ ਦੇ ਅੰਦਰ ਭਰੋਸਾ ਰੱਖਿਆ ਹੈ ਕਿ ਕੋਈ ਗੱਲ ਨਹੀਂ ਉਹ ਪ੍ਰਮਾਤਮਾ ਦੇਵੇਗਾ ਅੱਜ ਨਹੀਂ ਤੇ ਕੱਲ ਹੁਣ ਨਹੀਂ ਤੇ ਅਗਲੇ ਸਮੇਂ ਦੇ ਵਿੱਚ ਪਰ ਉਹਦੇ ਤੋਂ ਬਗੈਰ ਕਿਸੇ ਹੋਰ ਦੇ ਅੱਗੇ ਝੋਲੀ ਨਹੀਂ ਅਡਣੀ ਤੇ ਫਿਰ ਉਹ ਪਰਮਾਤਮਾ ਕਿਰਪਾ ਕਰ ਦਿੰਦਾ ਹੈ ਇਸੇ ਪ੍ਰਕਾਰ ਜਤੂ ਰੂਪੀ ਪਹਾਰਾ ਹੋਵੇ ਤੇ ਧੀਰਜ ਰੂਪੀ ਵਿਸ਼ਵਾਸ ਰੂਪੀ ਭਰੋਸੇ ਰੂਪ ਸੁਨਿਆਰਾ ਹੋਵੇ ਅਹਿਰਣ ਮਤ ਵੇਦ ਹਥਿਆਰ ਅਹਿਰਣ ਕਿਹਾ ਜਾਂਦਾ ਹੈ ਜਿਹਦੇ ਉੱਪਰ ਲੋਹੇ ਦਾ ਛੋਟਾ ਟੁਕੜਾ ਹੁੰਦਾ ਹੈ ਤੇ ਲੋਹੇ ਨੂੰ ਗਰਮ ਕਰਕੇ ਕੁੱਟਿਆ ਜਾਂਦਾ ਹੈ ਉਹਨੂੰ ਐਰਣ ਸੰਗਤ ਜੀ ਕਿਹਾ ਜਾਂਦਾ ਹੈ ਐਰਣ ਮਤ ਵੇਦ ਹਥਿਆਰ ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਉਸ ਐਰਣ ਦੇ ਉੱਪਰ ਆਪਣੀ ਮਤ ਨੂੰ ਇੰਨਾ ਕੋ ਕੁੱਟ ਕੇ ਬਾਰੀਕ ਕਰ ਲੈ ਕਿ ਤੈਨੂੰ ਉਸ ਪਰਮਉ ਪਰਮਾਤਮਾ ਦੇ ਸ਼ਬਦ ਦੀ ਸਮਝ ਆ ਜਾਵੇ ਤੇ ਉਸ ਪਰਮਾਤਮਾ ਤੋਂ ਬਗੈਰ ਕਿਸੇ ਹੋਰ ਦੇ ਅੱਗੇ ਜਾਣ ਦੀ ਤੈਨੂੰ ਲੋੜ ਕੋਈ ਨਾ ਪਵੇ ਕਿ ਇੰਨੀ ਇੱਕ ਗੱਲ ਸਮਝ ਆਵੇ ਕਿ ਦੇਣ ਵਾਲਾ ਦਾਤਾਰ ਇੱਕ ਹੈ ਜਿਹੜਾ ਸਭ ਨੂੰ ਦਿੰਦਾ ਹੈ ਜਿਹੜਾ ਪੱਥਰਾਂ 'ਚ ਕੀੜਿਆਂ ਨੂੰ ਵੀ ਦਿੰਦਾ ਹੈ ਤੇ ਉਹ ਮੈਨੂੰ ਕਿਉਂ ਨਾ ਦੇਵੇਗਾ ਪਰ ਜਦੋਂ ਉਹਨੂੰ ਛੱਡ ਕੇ ਦੁਨੀਆ ਦੇ ਆਸਰੇ ਲੈਣੇ ਸ਼ੁਰੂ ਕਰ ਦੇਵਾਂਗੇ ਤੇ ਫਿਰ ਉਹ ਪਰਮਾਤਮਾ ਦੀਆਂ ਖੁਸ਼ੀਆਂ ਤੋਂ ਵਾਂਝੇ ਹੋ ਜਾਵਾਂਗੇ ਫਿਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਅਹਰਣ ਮਤ ਵੇਦ ਹਥਿਆਰ ਵੇਦ ਜਿਹੜੇ ਨੇ ਗ੍ਰੰਥ ਜਿਹੜੇ ਨੇ ਧਾਰਮਿਕ ਪੁਸਤਕਾਂ ਜਿਹੜੀਆਂ ਨੇ ਗੁਰੂ ਦੇ ਨਾਲ ਜੋੜਨ ਵਾਸਤੇ ਲਿਖੇ ਗਏ ਸਭ ਧਾਰਮਿਕ ਗ੍ਰੰਥ ਜਿਹੜੇ ਨੇ ਉਹ ਹਥਿਆਰ ਦਾ ਕੰਮ ਕਰਦੇ ਨੇ ਕਿ ਤੇਰੀ ਮਤ ਨੂੰ ਬਾਰੀਕ ਕਰਨ ਵਾਸਤੇ ਜਿਵੇਂ ਹਥੋੜਾ ਤਪੇ ਹੋਏ ਲੋਹੇ ਨੂੰ ਕੁੱਟ ਕੇ ਬਰੀਕ ਕਰ ਦਿੰਦਾ ਹੈ ਉਹਦਾ ਆਕਾਰ ਚੇਂਜ ਕਰ ਦਿੰਦਾ ਹੈ ਇਸੇ ਪ੍ਰਕਾਰ ਤੇਰੀ ਮਤ ਨੂੰ ਗਿਆਨ ਰੂਪੀ ਸ਼ਬਦ ਰੂਪੀ ਜੋ ਗੁਰੂ ਕੇ ਗ੍ਰੰਥ ਲਿਖੇ ਗਏ ਨੇ ਗੁਰੂ ਕੀ ਗੁਰਬਾਣੀ ਦਾ ਸ਼ਬਦ ਹੈ ਉਹ ਹਥਿਆਰ ਦੇ ਰੂਪ ਦੇ ਵਿੱਚ ਤੇਰੀ ਮਤ ਨੂੰ ਬਰੀਕ ਕਰ ਦੇਵੇਗਾ ਤੇ ਤੈਨੂੰ ਇਸ ਗੱਲ ਦੀ ਸੋਝੀ ਦੇ ਦੇਵੇਗਾ ਕਿ ਭਾਈ ਉਸ ਪ੍ਰਮਾਤਮਾ ਤੋਂ ਬਗੈਰ ਕਿਤੇ ਹੋਰ ਨਹੀਂ ਜੇ ਜਾਣਾ ਫਿਰ ਸਤਗੁਰੂ ਜੀ ਕਿਰਪਾ ਕਰਦੇ ਨੇ ਅਹਰਣ ਮਤ ਵੇਦ ਹਥਿਆਰ ਭਾਉ ਖੱਲਾ ਅਗਨ ਤਪਤਾਉ ਭਾਉ ਕਿਹਾ ਜਾਂਦਾ ਹੈ ਪ੍ਰੇਮ ਨੂੰ ਖੱਲਾ ਕਿਹਾ ਜਾਂਦਾ ਹੈ ਸੰਗਤ ਜੀ ਜਦੋਂ ਅੱਗ ਨੂੰ ਬਾਲਦੇ ਆਂ ਤੇ ਇੱਕ ਚਮੜੇ ਦੀ ਗੁਬਾਰੇ ਦੇ ਰੂਪ ਦੇ ਵਿੱਚ ਉਹਨਾਂ ਨੇ ਬਣਾਇਆ ਹੁੰਦਾ ਹੈ ਜਿਸ ਨੂੰ ਦਬਾਉਂਦੇ ਨੇ ਤੇ ਹਵਾ ਦੇ ਨਾਲ ਅੱਗ ਹੋਰ ਪ੍ਰਚੰਡ ਹੁੰਦੀ ਹੈ ਫਿਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਭਾਓ ਉਹ ਪ੍ਰੇਮ ਰੂਪ ਤੇਰੇ ਕੋਲ ਉਹ ਗੁਬਾਰਾ ਹੋਵੇ ਜਿਹੜਾ ਖੱਲਾ ਹੋਵੇ ਜਿਹੜਾ ਇਸ ਪ੍ਰਮਾਤਮਾ ਦੇ ਸ਼ਬਦ ਨੂੰ ਸਮਝਣ ਵਾਸਤੇ ਬਲ ਰਹੀ ਪੱਠੀ ਦੀ ਅੱਗ ਨੂੰ ਹੋਰ ਤੇਜ ਕਰੇ ਕਿ ਪ੍ਰਭੂ ਦੇ ਸ਼ਬਦ ਦੇ ਨਾਲ ਤੇਰੀ ਪ੍ਰੀਤ ਨੂੰ ਹੋਰ ਪੱਕਿਆ ਕਰੇ ਤੇਨੂੰ ਢਿੱਲਾ ਨਾ ਪੈਣ ਦੇਵੇ ਉਸ ਪ੍ਰਭੂ ਪਰਮਾਤਮਾ ਦੇ ਦਰ ਤੋਂ ਕਿਤੇ ਹੋਰ ਜਾਣ ਵਾਸਤੇ ਕਦੇ ਤੇਰੇ ਮਨ ਦੇ ਅੰਦਰ ਵਿਚਾਰ ਨਾ ਆਵੇ ਐਡੀ ਕੋ ਪ੍ਰੀਤ ਐਡਾ ਕ ਸੰਬੰਧ ਤੇਰਾ ਗੁਰੂ ਦੇ ਨਾਲ ਜੁੜ ਜਾਵੇ ਭਾਉ ਖੱਲਾ ਖੱਲਾ ਦੇ ਰੂਪ ਦੇ ਵਿੱਚ ਤੇਰਾ ਭਾਉ ਤੇਰਾ ਪ੍ਰੇਮ ਗੁਰੂ ਦੇ ਨਾਲ ਹੋਵੇ ਅਗਨ ਤਪਤਾਓ ਤੇ ਅਗਨ ਦੇ ਵਿੱਚ ਫਿਰ ਉਸ ਨੂੰ ਤਪਾ ਕਰਕੇ ਜਿਵੇਂ ਇੱਕ ਸੁਨਿਆਰ ਇੱਕ ਧਾਤ ਨੂੰ ਪਿਘਲਾ ਕਰਕੇ ਐਰਣ ਦੇ ਉੱਪਰ ਕੁੱਟ ਕਰਕੇ ਗਰਮੀ ਦੇ ਨਾਲ ਤਪਾ ਕੇ ਉਹਦਾ ਇੱਕ ਗਹਿਣਾ ਬਣਾ ਦਿੰਦਾ ਹੈ ਤੇ ਉਹ ਗਹਿਣਾ ਅਮੁੱਲ ਹੋ ਜਾਂਦਾ ਹੈ ਇਸੇ ਪ੍ਰਕਾਰ ਗੁਰੂ ਦੇ ਸ਼ਬਦ ਦੇ ਵਿੱਚ ਜੁੜ ਕਰਕੇ ਗੁਰੂ ਦੇ ਸ਼ਬਦ ਦੇ ਨਾਲ ਲੱਗ ਕੇ ਆਪਣੇ ਮਨ ਨੂੰ ਇੰਨਾ ਕੁ ਸਤਿਗੁਰ ਦੇ ਚਰਨਾਂ 'ਚ ਖੋਭੋ ਦੇ ਕਿ ਤੂੰ ਅਮੁੱਲਾ ਹੋ ਜਾਵੇਂ ਤੇ ਤੇਰਾ ਮੁੱਲ ਇਸ ਸੰਸਾਰ ਦੇ ਵਿੱਚ ਕੋਈ ਪਾ ਨਾ ਸਕੇ ਕਿਉਂਕਿ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਅਮੁੱਲ ਵਾਲੀਆਂ ਪੰਕਤੀਆਂ ਸੰਗਤ ਜੀ ਆਪਾਂ ਪਹਿਲਾਂ ਪੜ੍ਹ ਕੇ ਆਏ ਆ ਕਿ ਜਿਹੜਾ ਗੁਰੂ ਦਾ ਸ਼ਬਦ ਅਮੁੱਲ ਹੈ ਉਹਨੂੰ ਪੜ੍ਹਨ ਵਾਲੇ ਵੀ ਅਮੁੱਲ ਉਹਨੂੰ ਸੁਣਨ ਵਾਲੇ ਵੀ ਅਮੁੱਲ ਤੇ ਜਿਹੜੇ ਉਹਨੂੰ ਲੈ ਗਏ ਆਪਣੇ ਜੀਵਨ 'ਚ ਢਾਲ ਕੇ ਉਹ ਵੀ ਅਮੁੱਲ ਹੋ ਜਾਂਦੇ ਨੇ ਇਸੇ ਪ੍ਰਕਾਰ ਗੁਰੂ ਦਾ ਸ਼ਬਦ ਤੇਰੇ ਵਾਸਤੇ ਅਮੁੱਲ ਗੁਣਾ ਦੀ ਦਾਤ ਬਣ ਕੇ ਤੇਰੀ ਝੋਲੀ ਦੇ ਵਿੱਚ ਪੈ ਜਾਂਦਾ ਹੈ ਤੋ ਸਤਗੁਰੂ ਜੀ ਅਗੇ ਕਿਰਪਾ ਕਰਦੇ ਨੇ ਭਾਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤੇ ਟਟਾਲ ਤੇ ਫਿਰ ਜਿਵੇਂ ਇੱਕ ਭਾਂਡੇ ਦੇ ਵਿੱਚ ਪਾ ਕਰਕੇ ਉਸ ਚੀਜ਼ ਨੂੰ ਆਕਾਰ ਦਿੱਤਾ ਜਾਂਦਾ ਹੈ ਭਾਂਡਾ ਭਾਉ ਗੁਰੂ ਦੇ ਹੁਕਮ ਦੇ ਵਿੱਚ ਰਹਿ ਕਰਕੇ ਜੋ ਪ੍ਰਮਾਤਮਾ ਨੇ ਦਿੱਤਾ ਉਹਨੂੰ ਭਲਾ ਭਲਾ ਸਤ ਸਤ ਕਹਿ ਕਰਕੇ ਹੱਸ ਕੇ ਖੇੜੇ ਮੁੱਥੇ ਪ੍ਰਵਾਨ ਕੀਤਾ ਕਿ ਸਤਗੁਰੂ ਜੀ ਸੁੱਖ ਦਿੱਤੇ ਨੇ ਤਾਂ ਵੀ ਤੇਰਾ ਸ਼ੁਕਰਾਨਾ ਜੇ ਦੁੱਖ ਦਿੱਤੇ ਨੇ ਤਾਂ ਵੀ ਤੇਰਾ ਸ਼ੁਕਰਾਨਾ ਜਿਵੇਂ ਮਾਂ ਬਾਪ ਆਪਣੇ ਬੱਚਿਆਂ ਦੀ ਪਾਲਣਾ ਕਰਦੇ ਨੇ ਇਹ ਤੇਰੀ ਕੋਈ ਹੁਕਮ ਹੋਵੇਗਾ ਤੇਰਾ ਕੋਈ ਬਾਣਾ ਹੋਵੇਗਾ ਕਿ ਅੱਜ ਚੰਗਾ ਤੇ ਮਾੜਾ ਸਮਾਂ ਹੈ ਪਰ ਤੇ ਤੋਂ ਬਗੈਰ ਮੈਂ ਜਾਣਾ ਕਿਤੇ ਨਹੀਂ ਤੇਰਾ ਦਰ ਨਹੀਂ ਛੱਡਣਾ ਇਸੇ ਪ੍ਰਕਾਰ ਭਾਂਡਾ ਭਾਉ ਅੰਮ੍ਰਿਤ ਤੇ ਢਾਲ ਤੇ ਫਿਰ ਉਸ ਭਾਉ ਰੂਪੀ ਭਾਂਡੇ ਦੇ ਵਿੱਚ ਗੁਰੂ ਦੇ ਨਾਮ ਰੂਪੀ ਅੰਮ੍ਰਿਤ ਨੂੰ ਢਾਲੇਗਾ ਤੇ ਤੇਰਾ ਜੀਵਨ ਬਣ ਜਾਵੇਗਾ ਤੇਰਾ ਜੀਵਨ ਉੱਤਮ ਤੇ ਸੁੱਚਾ ਹੋ ਜਾਵੇਗਾ ਤੇ ਯਾਦ ਰੱਖਿਆ ਜੇ ਸੰਗਤ ਜੀ ਜਿਨ੍ਹਾਂ ਨੇ ਇਹ ਕਰੜੀ ਕਾਰ ਕਮਾ ਲਈ ਤੇ ਲੋਕ ਫਿਰ ਉਹਨਾਂ ਨੂੰ ਵੀ ਪੂਜਣ ਲੱਗ ਪੈਂਦੇ ਨੇ ਪਰਮਾਤਮਾ ਨੂੰ ਤੇ ਮੱਥਾ ਟੇਕਦੇ ਹੀ ਨੇ ਸਾਧੂ ਮਹੰਤਾਂ ਨੂੰ ਸਤਿਗੁਰੂ ਦੇ ਪਿਆਰਿਆਂ ਨੂੰ ਵੀ ਅਸੀਂ ਅੱਜ ਨਾਮ ਲਿਆ ਕਰਕੇ ਉਹਨਾਂ ਸਿੰਘਾਂ ਸਿੰਘਣੀਆਂ ਨੂੰ ਯਾਦ ਕਰਦੇ ਆਂ ਨਾ ਜਿਨ੍ਹਾਂ ਨੇ ਸਤਿਗੁਰੂ ਦੇ ਸ਼ਬਦ ਦੇ ਉੱਪਰ ਸੀਸ ਤੇ ਦੇ ਦਿੱਤੇ ਬੰਦ-ਬੰਦ ਤੇ ਕਟਵਾ ਲੈ ਪਰ ਗੁਰੂ ਨੂੰ ਨਹੀਂ ਛੱਡਿਆ ਤੇ ਉਹ ਵੀ ਫਿਰ ਗੁਰੂ ਜੀ ਤਰ੍ਹਾਂ ਹੀ ਪੂਜਣ ਯੋਗ ਹੋ ਜਾਂਦੇ ਹਨ ਫਿਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਭਾਂਡਾ ਪੋ ਅੰਮ੍ਰਿਤ ਤੇ ਢਾਲ ਤੇ ਫਿਰ ਜਾ ਕੇ ਅੰਮ੍ਰਿਤ ਪ੍ਰਾਪਤ ਹੁੰਦਾ ਹੈ ਇਹ ਸੌਖੀ ਦਾਤ ਨਹੀਂ ਕਿ ਕੇਵਲ ਗਿਣਤੀਆਂ ਮਿੰਤੀਆਂ ਦੇ ਨਾਲ ਰੱਬ ਪਾ ਲਿਆ ਤੇ ਸੱਚਖੰਡ ਪ੍ਰਵਾਨ ਹੋ ਜਾਈਏ ਇਹਦੇ ਵਾਸਤੇ ਜੀਵਨ ਚ ਦੁੱਖ ਵੀ ਝੱਲਣੇ ਪੈਣਗੇ ਤਪੱਸਿਆ ਵੀ ਕਰਨੀ ਪਵੇਗੀ ਸਿਮਰਨ ਵੀ ਕਰਨਾ ਪਵੇਗਾ ਤੇ ਪ੍ਰਭੂ ਦੀ ਅਰਾਧਨਾ ਕਰਦਿਆਂ ਹੋਇਆਂ ਫਿਰ ਪਰਮਾਤਮਾ ਦੇ ਚਰਨਾਂ ਅੰਦਰ ਜਿਹੜਾ ਹੈ ਉਹ ਪ੍ਰਵਾਨ ਹੋਇਆ ਜਾ ਸਕਦਾ ਹੈ ਘੜੀਏ ਸ਼ਬਦ ਸੱਚੀ ਟਕਸਾਲ ਟਕਸਾਲ ਘੜਿਆ ਕਿਹਾ ਜਾਂਦਾ ਹੈ ਸੰਗੇ ਜਿੱਥੇ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਜਿੱਥੇ ਸਿੱਕੇ ਘੜੇ ਜਾਂਦੇ ਨੇ ਕਹਿਣਾ ਕਿਹੜੀ ਟਕਸਾਲ ਲੱਗੀ ਹੈ ਜਿਹੜਾ ਕਿ ਤੇਰੇ ਕੋਲ ਖਜ਼ਾਨਾ ਮੁੱਕਦਾ ਨਹੀਂ ਕਹਿਣ ਤੋਂ ਭਾਵ ਕਿ ਉਹ ਟਕਸਾਲ ਜਿੱਥੋਂ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਜਿਹੜੀ ਉਹਨਾਂ ਦੀ ਜ ਮਦਾਤੀ ਹੁੰਦੀ ਹੈ ਤੇ ਜਿੱਥੋਂ ਰੋਜ਼ਾਨਾ ਅਨਗਿਣਤੀ ਪ੍ਰਕਾਰ ਦੇ ਰੂਪ ਦੇ ਵਿੱਚ ਸਿੱਕੇ ਘੜ ਘੜ ਕੇ ਬਾਹਰ ਨਿਕਲੇ ਜਾਂਦੇ ਨੇ ਘੜੀਏ ਸ਼ਬਦ ਸੱਚੀ ਟਕਸਾਲ ਗੁਰੂ ਦੇ ਸ਼ਬਦ ਰੂਪੀ ਉਹ ਸੱਚੀ ਟਕਸਾਲ ਜਿੱਥੋਂ अनेका ਦਾ ਜੀਵਨ ਬਣ ਗਏ अनेका ਹੀ ਪੱਥਰਾਂ ਨੂੰ ਗੁਰੂ ਨੇ ਤਰਾਸ਼ ਕੇ ਹੀਰੇ ਬਣਾ ਦਿੱਤਾ ਉਸ ਟਕਸਾਲ ਦੇ ਨਾਲ ਫਿਰ ਤੂੰ ਜੁੜ ਜਾਵੇਂਗਾ ਉਸ ਸ਼ਬਦ ਦੇ ਨਾਲ ਤੂੰ ਜੁੜ ਜਾਵੇਂਗਾ ਜਿਨਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਫੇ ਜਿਨ੍ਹਾਂ ਦੇ ਕਰਮ ਜਿਨਕੋ ਨਦਰੀ ਸਤਿਗੁਰੂ ਜੀ ਕਿਰਪਾ ਕਰਦੇ ਨੇ ਜਿਨਕੋ ਨਦਰ ਕਰਮ ਤਿਨਕਾਰ ਜਿਨ੍ਹਾਂ ਦੇ ਉੱਪਰ ਆਪਣੀ ਮੇਰ ਰੂਪੀ ਨਦਰ ਕਰ ਦਿੱਤੀ ਤੇ ਉਹਨਾਂ ਦੇ ਚੰਗੇ ਕਰਮਾਂ ਨੂੰ ਦੇਖਦਿਆਂ ਹੋਇਆ ਸਤਿਗੁਰ ਨੇ ਉਹਨਾਂ ਦੀ ਕੀਤੀ ਕਾਰ ਕਮਾਈ ਨੂੰ ਥਾਹੇ ਪਾ ਲਿਆ ਅਰਦਾਸ ਦੇ ਵਿੱਚ ਵੀ ਆਪਾਂ ਬੇਨਤੀ ਕਰਦੇ ਹਾਂ ਕਿ ਸਤਿਗੁਰੂ ਜੀ ਕੀਤੀਆਂ ਕਾਰ ਕਮਾਈਆਂ ਥਾਹੇ ਪਾਉਣੀਆਂ ਕਹਿਣ ਤੋਂ ਭਾਵ ਕਿ ਸਤਿਗੁਰ ਦੀ ਨਜ਼ਰ ਚ ਆ ਗਿਆ ਸਤਿਗੁਰ ਨੇ ਦੇਖ ਕੇ ਪਰਖ ਕੇ ਇਹ ਗੱਲ ਸਮਝ ਲਈ ਤੀ ਕਿ ਭਾਈ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਰਾਹ ਤੇ ਚੱਲਣ ਵਾਲਾ ਮਨੁੱਖ ਹੈ ਤੇ ਇਹਦੇ ਵਾਸਤੇ ਫਿਰ ਸਤਿਗੁਰੂ ਜੀ ਆਪ ਸਹਾਈ ਹੁੰਦੇ ਨੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇ ਰਹਾ ਨਾ ਹੂੰ ਆਪਾਂ ਫਰਕਾਂ ਮਿਟ ਗਿਆ ਜਿੱਤ ਦੇਖਾਂ ਤੇ ਤਿਤ ਤੂੰ ਕਿ ਸਤਿਗੁਰੂ ਜੀ ਤੇਰਾ ਪੱਲਾ ਫੜ ਲਿਆ ਤੇ ਹੁਣ ਤੂੰ ਜਾਣ ਤੇ ਤੇਰੀ ਕੁਦਰਤ ਜਾਣੇ ਤੇਰੇ ਤੋਂ ਬਗੈਰ ਮੈਂ ਕਿਤੇ ਨਹੀਂ ਜਾਣਾ ਤਾਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਆਪ ਪ੍ਰਤੀਤ ਕਰਨੀ ਸ਼ੁਰੂ ਕਰ ਦਿੰਦੇ ਨੇ ਫਿਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਤਿੰਕੋ ਨਦਰ ਕਰਮ ਤੇ ਨਕਾਰ ਨਾਨਕ ਨਦਰਿ ਨਦਰਿ ਨਿਹਾਲ ਫਿਰ ਨਦਰ ਕਰਕੇ ਹੀ ਸਤਿਗੁਰੂ ਨਿਹਾਲ ਕਰ ਦਿੰਦਾ ਹੈ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਨ੍ਹਾਂ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ ਸੰਗਤ ਜੀ ਇੰਨਾ ਕੋ ਬੈਰਾਗ ਚ ਆਏ ਨੇ ਕਿ ਸਤਿਗੁਰੂ ਜੀ ਨੂੰ ਛੱਡ ਕੇ ਜਾਣਾ ਨਹੀਂ ਚਾਹੁੰਦੇ ਸਵੇਰ ਤੋਂ ਸਮਾਧੀ ਲਾ ਕਰਕੇ ਬਹਿ ਜਾਂਦੇ ਨੇ ਤੇ ਬਾਬਾ ਬੁੱਢਾ ਜੀ ਆ ਕਰਕੇ ਉਠਾਉਂਦੇ ਨੇ ਕਿ ਸੰਗਤਾਂ ਦਰਸ਼ਨ ਵਾਸਤੇ ਆਈਆਂ ਨੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚਖੰਡ ਪਿਆਨਾ ਕਰ ਗਏ ਨੇ ਤੁਸੀਂ ਉਠੋ ਦਰਸ਼ਨ ਦੇਦਾਰੇ ਬਖਸ਼ਿਸ਼ ਕਰੋ ਤੇ ਭਜਨ ਬੰਦਗੀ ਦੀ ਨਾਮ ਦੀ ਐਡੀ ਕੋਈ 加ੜੀ ਕਮਾਈ ਸਤਿਗੁਰ ਜੀ ਨੇ ਕਮਾ ਲਈ ਸੀ ਕਿ ਜਦੋਂ ਸਮਾਦੀ ਚ ਉੱਠਦਿਆਂ ਸਾਰ ਪਹਿਲੀ ਨਜ਼ਰ ਕਿਸੇ ਤੇ ਪਾਉਂਦੇ ਸਨ ਬਿਨਾਂ ਬੋਲਿਆਂ ਬਿਨਾਂ ਮੰਗਿਆਂ ਬਿਨਾਂ ਕੁਝ ਕਿਹਾ ਸਤਿਗੁਰ ਸੱਚੇ ਪਾਸ਼ਾ ਨਜ਼ਰੀ ਨਦਰ ਨਿਹਾਲ ਕਰ ਦਿਆ ਕਰਦੇ ਸਨ ਬ੍ਰਹਮ ਗਿਆਨ ਤੱਕ ਦੀਆਂ ਦਾਤਾਂ ਸਤਿਗੁਰ ਜੀ ਬਖਸ਼ ਦਿਆ ਕਰਦੇ ਸਨ ਸੋ ਸਤਿਗੁਰ ਜੀ ਕਿਰਪਾ ਕਰਦੇ ਨੇ ਜਿਨ੍ਹਾਂ ਦੇ ਉੱਪਰ ਉਸ ਪਰਮਾਤਮਾ ਦੀ ਨਜ਼ਰ ਹੋ ਜਾਵੇ ਫਿਰ ਨਜ਼ਰੀ ਨਦਰ ਉਹ ਨਿਹਾਲ ਕਰ ਦਿੰਦਾ ਹੈ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਗੁਰਦਾਈ ਦਾ ਆ ਖੇਲੇ ਸਗਲ ਜਗਤ ਚੰਗਿਆਈਆ ਭਰਿਆਈਆ ਬਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੇ ਨਾਲ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸ਼ਲੋਕ ਦੇ ਰੂਪ ਦੇ ਵਿੱਚ ਸਮਝਾ ਰਹੇ ਨੇ ਕਿ ਬਾਣੀ ਦਾ ਤਤਸਾਰ ਕੀ ਹੈ ਗੁਰਬਾਣੀ ਦਾ ਸ਼ਬਦ ਦਾ ਜੋ ਜਪਜੀ ਸਾਹਿਬ ਜੀ ਦੀ ਬਾਣੀ ਆਪਾਂ ਸੰਗਤ ਜੀ ਸਰਵਣ ਕਰਦੇ ਆ ਰਹੇ ਹਾਂ ਉਸ ਦਾ ਸਤਿਗੁਰੂ ਜੀ ਸਾਨੂੰ ਫਿਰ ਇੱਕ ਤਤਸਾਰ ਦੇ ਰੂਪ ਦੇ ਵਿੱਚ ਕਿਰਪਾ ਕਰ ਰਹੇ ਹਨ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਧ ਕਿ ਹੇ ਜੀਵ ਇਸ ਜੀਵਨ ਦੇ ਅੰਦਰ ਪਵਨ ਜਿਹੜੀ ਹੈ ਇੱਕ ਗੁਰੂ ਦੇ ਰੂਪ ਦੇ ਵਿੱਚ ਪਾਣੀ ਇੱਕ ਪਿਤਾ ਦੇ ਰੂਪ ਦੇ ਵਿੱਚ ਤੇ ਧਰਤੀ ਇੱਕ ਮਾਤਾ ਦੇ ਰੂਪ ਦੇ ਵਿੱਚ ਤੇਰੀ ਪਾਲਣਾ ਕਰਦੀ ਹੈ ਕਿ ਜਿਵੇਂ ਸਵਾਸਾਂ ਤੋਂ ਬਗੈਰ ਸੰਗਤ ਜੀ ਜੀਵਨ ਨਹੀਂ ਜੇ ਸਵਾਸ ਨਾ ਆਉਣ ਤੇ ਮਨੁੱਖ ਮੁਰਦਾ ਹੈ ਇਸੇ ਪ੍ਰਕਾਰ ਜੇ ਗੁਰੂ ਨਾ ਹੋਵੇ ਤੇ ਗੁਰੂ ਤੋਂ ਬਿਗੈਰ ਜੀਵਨ ਮੁਰਦਾ ਹੈ ਗੁਰੂ ਦੇ ਸ਼ਬਦ ਦੁਆਰਾ ਹੀ ਸੋਝੀ ਮਿਲਦੀ ਹੈ ਜੇ ਤਾਂ ਗੁਰੂ ਨਹੀਂ ਤੇ ਜੇ ਦੁਨਿਆਵੀ ਰੂਪ ਦੇ ਵਿੱਚ ਗੱਲ ਕਰਾਂ ਕਿ ਜਿਹੜਾ ਪੜਿਆ ਨਹੀਂ ਜਿਹੜਾ ਲਿਖਿਆ ਨਹੀਂ ਜਿਹੜਾ ਕਿਤੇ ਸਕੂਲ ਨਹੀਂ ਗਿਆ ਸੀ ਕਹਿੰਨੇ ਆ ਕਿ ਭਾਈ ਇਹ ਪੈਦਾ ਤੇ ਹੋਇਆ ਪਰ ਇਹਨੂੰ ਪਤਾ ਕੁਝ ਨਹੀਂ ਆਇਆ ਜ਼ਰੂਰ ਹੈ ਪਰ ਇਹਨੂੰ ਸੋਝੀ ਕਾਸੇ ਦੀ ਨਹੀਂ ਗੁਰੂ ਹੀ ਹੈ ਜਿਹੜਾ ਗਿਆਨ ਕਰਾਉਂਦਾ ਹੈ ਸੋ ਸਤਗੁਰੂ ਜੀ ਫਿਰ ਇੱਥੇ ਕਿਰਪਾ ਕਰਦੇ ਨੇ ਕਿ ਸ਼ਬਦ ਹੀ ਹੈ ਜਿਹੜਾ ਤੈਨੂੰ ਸੋਝੀ ਦਿੰਦਾ ਹੈ ਇਸੇ ਪ੍ਰਕਾਰ ਪਵਨ ਗੁਰੂ ਪਾਣੀ ਪਿਤਾ ਜਿਵੇਂ ਪਵਨ ਸਵਾਸ ਦੇ ਕਰਕੇ ਜਿਉਂਦਾ ਰੱਖਦੀ ਹੈ ਉਹ ਗੁਰੂ ਹੈ ਇਸੇ ਪ੍ਰਕਾਰ ਜੀਵਨ ਦੇ ਅੰਦਰ ਗੁਰੂ ਤੇਰੀ ਪਾਲਣਾ ਕਰਦਾ ਹੈ ਪਾਣੀ ਪਿਤਾ ਕਿ ਪਾਣੀ ਪਿਤਾ ਦੇ ਰੂਪ ਦੇ ਵਿੱਚ ਤੇਰੀ ਪਾਲਣਾ ਕਰਦਾ ਹੈ ਜਿਵੇਂ ਪਿਤਾ ਸਿਰ ਪਾਣੀ ਜਿਹੜਾ ਸਿੰਘ ਜੀਵਨ ਦੇ ਵਿੱਚ ਸੰਗਤ ਜੀ ਬਹੁਤ ਜ਼ਰੂਰੀ ਹੈ ਪਾਣੀ ਤੋਂ ਬਿਨਾਂ ਜੀਵਨ ਸੰਭਵ ਨਹੀਂ ਇਸੇ ਪ੍ਰਕਾਰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਕਿ ਪਾਣੀ ਪਿਤਾ ਦੇ ਰੂਪ ਦੇ ਵਿੱਚ ਤੇਰੀ ਪਾਲਣਾ ਕਰਦਾ ਹੈ ਤੇ ਜਿਹੜੀ ਇਹ ਧਰਤੀ ਹੈ ਇੱਕ ਮਾਤਾ ਦੇ ਰੂਪ ਦੇ ਵਿੱਚ ਜਿਵੇਂ ਮਾਤਾ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ ਤੇ ਉਹਦੇ ਪਾਲਣ ਪੋਚਣ ਵਾਸਤੇ ਉਹਦੇ ਖਾਣ ਪਾਣ ਦਾ ਧਿਆਨ ਰੱਖਦੀ ਹੈ ਇਸੇ ਪ੍ਰਕਾਰ ਇਸ ਧਰਤੀ ਦੇ ਉੱਪਰ ਜੰਮਣ ਤੋਂ ਲੈ ਕਰਕੇ ਮਰਨ ਤੱਕ ਤੇਰੀ ਸਾਰੀ ਕਿਰਿਆ ਹੁੰਦੀ ਹੈ ਤੇਰਾ ਸਰੀਰ ਇਸੇ ਧਰਤੀ ਤੇ ਚੱਲਦਾ ਫਿਰਦਾ ਹੈ ਇਸੇ ਧਰਤੀ ਤੋਂ ਪੈਦਾ ਕੀਤਾ ਅਨਾਜ ਤੂੰ ਖਾਂਦਾ ਜਿਹਦੇ ਤੋਂ ਤਾਕਤ ਮਿਲਦੀ ਹੈ ਤੇ ਤੇਰਾ ਸਰੀਰ ਚਲਦਾ ਹੈ ਜਿਵੇਂ ਮਾਂ ਇੱਕ ਬੱਚੇ ਨੂੰ ਪਾਲਦੀ ਹੈ ਇਹ ਧਰਤੀ ਇੱਕ ਮਾਤਾ ਦੇ ਰੂਪ ਦੇ ਵਿੱਚ ਤੇਰੀ ਪਾਲਣ ਪੋਸ਼ਣ ਕਰਦੀ ਹੈ ਮਾਤਾ ਧਰਤ ਮਹਤ ਦੇਵਸ ਰਾਤ ਗੁਰਦਾਈ ਦੇਸ ਰਾਤ ਦੋਏ ਦਾਈ ਦਾਇਆ ਖਿਲੇ ਸਗਲ ਜਗਤ ਦੇਵਸ ਰਾਤ ਦੋਏ ਦਾਈ ਦਾਇਆ ਜਿਵੇਂ ਦਾਈ ਜਿਹੜੀ ਹੈ ਉਹ ਬੱਚੇ ਨੂੰ ਪੈਦਾ ਹੋਣ ਤੇ ਇਸ ਸੰਸਾਰ ਦੇ ਵਿੱਚ ਲੈ ਕੇ ਆਉਂਦੀ ਹੈ ਤੇ ਫਿਰ ਮਾਤਾ ਤੋਂ ਬਾਅਦ ਦੂਸਰੀ ਮਾਂ ਉਹ ਦਾਈ ਨੂੰ ਕਿਹਾ ਜਾਂਦਾ ਹੈ ਤੇ ਬੱਚੇ ਨੂੰ ਸੰਭਾਲਣ ਵਾਸਤੇ ਵੀ ਘਰਾਂ ਦੇ ਅੰਦਰ ਵੀ ਬੀਬੀਆਂ ਚਾਚੀਆਂ ਤਾਈਆਂ ਹਨ ਜਿਹੜੀਆਂ ਮਾਤਾ ਤੋਂ ਬਿਗੈਰ ਸੰਭਾਲ ਕਰਦੀਆਂ ਨੇ ਕਿ ਮਾਤਾ ਅੱਗੇ ਪਿੱਛੇ ਵੀ ਹੋਵੇ ਤੇ ਬੱਚੇ ਦਾ ਪਾਲਣ ਪੋਸ਼ਣ ਕਰਦੀਆਂ ਨੇ ਇਸੇ ਪ੍ਰਕਾਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਦੇਵਸ ਰਾਤ ਦੋਏ ਦਾਈ ਦਾਇਆ ਰਾਤ ਤੇ ਦਿਵਸ ਪ੍ਰਮਾਤਮਾ ਨੇ ਉਸ ਦਾਈ ਤੇ ਦਾਇ ਦੇ ਰੂਪ ਦੇ ਵਿੱਚ ਤੇਰੇ ਵਾਸਤੇ ਬਣਾਏ ਨੇ ਕਿ ਜਿਹੜੇ ਦਿਨ ਵੇਲੇ ਤੈਨੂੰ ਇਸ ਸੰਸਾਰ ਦੇ ਅੰਦਰ ਕਿਰਤ ਕਮਾਉਣ ਵਾਸਤੇ ਕਾਰਜ ਕਰਨ ਵਾਸਤੇ ਪ੍ਰੇਰਦੇ ਨੇ ਤੇ ਰਾਤ ਵੇਲੇ ਤੈਨੂੰ ਸੌਣ ਵਾਸਤੇ ਪ੍ਰਮਾਤਮਾ ਨੇ ਰਾਤ ਬਣਾਈ ਹੈ ਜਿਵੇਂ ਮਾਂ ਦੀ ਬੁੱਕਲ ਦੇ ਵਿੱਚ ਜਾ ਕੇ ਸੌ ਜਾਂਦਾ ਹੈ ਬੱਚਾ ਆਰਾਮ ਕਰਦਾ ਹੈ ਇਸੇ ਪ੍ਰਕਾਰ ਦਿਨ ਵੇਲੇ ਕਾਰ ਕਮਾਉਣ ਵਾਸਤੇ ਦਾਈ ਤੇ ਦਾਇਆ ਦਿਨ ਤੇ ਰਾਤ ਪ੍ਰਮਾਤਮਾ ਨੇ ਤੇ ਵਾਸਤੇ ਬਣਾ ਕੇ ਭੇਜੇ ਨੇ ਕਿ ਜਿੱਥੇ ਸਾਰਾ ਦਿਨ ਆਪਣੀ ਕਿਰਤ ਕਮਾਈ ਕਰਨੀ ਹੈ ਸ਼ਬਦੀ ਕਮਾਈ ਕਰਨੀ ਹੈ ਦੁਨਿਆਵੀ ਰੂਪ ਦੇ ਵਿੱਚ ਧੰਦੇ ਕਰਨੇ ਨੇ ਉੱਥੇ ਰਾਤ ਨੂੰ ਆਰਾਮ ਵੀ ਕਰ ਸਕੇ ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਦਿਵਸ ਰਾਤ ਦੋਏਦਾਈ ਦਾ ਆਖੇ ਲੈ ਸਗਲ ਜਗਤ ਤੇ ਸਾਰਾ ਸੰਸਾਰ ਫਿਰ ਉਸ ਪ੍ਰਮਾਤਮਾ ਦੀ ਇਸ ਰਚਾਈ ਖੇਡ ਦੇ ਵਿੱਚ ਖੇਡ ਰਿਹਾ ਹੈ ਤੇ ਜਿਵੇਂ ਖਿਡਾਵਾ ਇੱਕ ਬੱਚੇ ਨੂੰ ਖਿਡਾਉਂਦਾ ਹੈ ਨਾ ਦਾਦੀ ਦਾਦਾ ਦਾਈ ਦਾਇਆ ਬੱਚੇ ਨੂੰ ਗੋਦ ਦੇ ਵਿੱਚ ਖਿਡਾਉਂਦੇ ਨੇ ਉਹਨੂੰ ਉਹਦਾ ਮਨੋਰੰਜਨ ਕਰਦੇ ਨੇ ਇਸੇ ਪ੍ਰਕਾਰ ਇਹ ਦੁਨੀਆ ਦੇ ਅੰਦਰ ਕੀਤੇ ਜਾ ਰਹੇ ਕਾਰਜ ਇੱਕ ਦਾਈ ਤੇ ਦਾਇਏ ਦੇ ਰੂਪ ਦੇ ਵਿੱਚ ਪ੍ਰਮਾਤਮਾ ਨੇ ਰਚੇ ਨੇ ਕਿ ਪੈਸਾ ਕਮਾ ਲਿਆ ਘਰ ਬਣਾ ਲਿਆ ਜਾਇਦਾਦ ਬਣਾ ਲਈ ਬੱਚੇ ਪੈਦਾ ਹੋ ਗਏ ਅੱਗੇ ਬੱਚੇ ਪਾਲ ਲੈ ਪੜਾ ਲੈ ਇਹ ਸਾਰੀ ਕਿਰਤ ਇੱਕ ਖੇਡ ਦੇ ਰੂਪ ਦੇ ਵਿੱਚ ਸਤਿਗੁਰ ਨੇ ਤੇਰੇ ਵਾਸਤੇ ਰਚ ਦਿੱਤੀ ਹੈ ਤਾਂ ਜੋ ਆਪਣੇ ਜੀਵਨ ਦੀ ਚਾਲ ਚੱਲਦਾ ਜਾਵੇਂ ਤੇ ਦਿਨ ਤੇ ਰਾਤ ਦਾਈ ਦਾਏ ਦੇ ਰੂਪ ਦੇ ਵਿੱਚ ਤੇਰੇ ਵਾਸਤੇ ਇਹ ਸਾਰੀ ਖੇਡ ਉਹ ਵਰਤਾ ਰਹੇ ਹਨ ਦਿਵਸ ਰਾਤ ਦੁਏ ਦਾਈ ਦਾਇਆ ਖੇ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਚੰਗਿਆਈਆਂ ਤੇ ਬੁਰਿਆਈਆਂ ਫਿਰ ਉਸ ਪ੍ਰਮਾਤਮਾ ਦੇ ਹਜ਼ੂਰ ਦੇ ਵਿੱਚ ਵਾਚੀਆਂ ਜਾਣਗੀਆਂ ਇਸ ਸਾਰੀ ਖੇਡ ਨੂੰ ਖੇਡਦੇ ਹੋਇਆਂ ਕਿੰਨੇ ਕੁ ਚੰਗੇ ਕਰਮ ਕਮਾਏ ਤੇ ਕਿੰਨੇ ਕੁ ਖੋਟੇ ਕਰਮ ਕਮਾਏ ਕੋਈ ਦਇਆ ਦਾ ਧਰਮ ਦਾ ਨਾਮ ਦਾ ਕੋਈ ਵਪਾਰ ਕੀਤਾ ਜਾਂ ਕੇਵਲ ਲਾਲਚ ਦਾ ਹੰਗਤਾ ਦਾ ਹੋਮੇ ਦਾ ਦੂਜਿਆਂ ਨੂੰ ਮਾਰ ਕੁੱਟਦਾ ਤੇ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਦਾ ਇਹ ਕਾਰਜ ਕੀਤਾ ਫਿਰ ਚੰਗਿਆਈਆਂ ਤੇ ਬੁਰਿਆਈਆਂ ਦਾ ਹਿਸਾਬ ਕਿਤਾਬ ਉਹ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਹੋਵੇਗਾ ਬਾਚੇ ਧਰਮ ਹضور ਉਹ ਪ੍ਰਮਾਤਮਾ ਦੇ ਹਜ਼ੂਰ ਦੇ ਵਿੱਚ ਫਿਰ ਤੇਰੇ ਧਰਮ ਦੇ ਕਰਮ ਬਾਚੇ ਜਾਣਗੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕਿਉ ਪਰਮਾਤਮਾ ਦੇ ਦਰਬਾਰ ਦੇ ਅੰਦਰ ਫਿਰ ਆਪਣੇ ਕੀਤੇ ਹੋਏ ਕਰਮਾਂ ਦਾ ਜਦੋਂ ਲੇਖਾ ਜੋਖਾ ਹੋਵੇਗਾ ਤੇ ਤੇਰੇ ਕੀਤੇ ਹੋਏ ਕਰਮ ਹੀ ਤੈਨੂੰ ਉਸ ਪਰਮਾਤਮਾ ਦੇ ਲਾਗੇ ਜਾਂ ਦੂਰ ਲੈ ਕੇ ਜਾਣਗੇ ਜਿਨ੍ਹਾਂ ਨੇ ਧਰਮ ਦੀ ਕਾਰ ਕਮਾਈ ਗੁਰੂ ਦੇ ਸ਼ਬਦ ਦੀ ਕਾਰ ਕਮਾਈ ਉਹ ਗੁਰੂ ਦੇ ਚਰਨਾਂ 'ਚ ਸੱਚਖੰਡ ਪ੍ਰਵਾਨ ਨੇ ਤੇ ਜਿਹੜੇ ਧਰਮ ਦੇ ਰਸਤੇ ਤੋਂ ਭਟਕ ਗਏ ਰਸਾਂ ਭੋਗਾਂ ਸਵਾਦਾਂ ਦੇ ਵਿੱਚ ਸੰਗਤ ਜੀ ਖੁੱਬੇ ਰਹਿ ਗਏ ਉਹ ਪਰਮਾਤਮਾ ਤੋਂ ਦੂਰ ਹੋ ਜਾਣਗੇ ਭਗਵਨ ਨਾਮ ਤੋਂ ਸ਼ਬਦ ਤੋਂ ਦੂਰ ਹੋ ਜਾਣਗੇ ਕਰਮੀ ਆਪੂ ਆਪਣੀ ਕਿ ਨੇੜੇ ਕਿ ਦੂਰ ਕਿ ਕਈ ਉਸ ਪਰਮਾਤਮਾ ਦੇ ਸ਼ਬਦ ਨੂੰ ਤੇ ਆ ਕੇ ਗੁਰੂ ਦੇ ਪ੍ਰਸਾਰੇ ਨੂੰ ਸਮਝ ਕਰਕੇ ਗੁਰੂ ਦੇ ਚਰਨਾਂ 'ਚ ਆ ਗਏ ਤੇ ਕਈ ਕੇਵਲ ਦੁਨੀਆ ਦੀ ਇਸ ਖੇਡ ਦੇ ਵਿੱਚ ਉਲਝ ਕੇ ਪਰਮਾਤਮਾ ਦੇ ਨਾਮ ਤੋਂ ਦੂਰ ਹੋ ਗਏ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਹੀ ਨਾਮ ਧਿਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨਹੀ ਨਾਮ ਧਿਆਇਆ ਜਿਨ੍ਹਾਂ ਨੇ ਨਾਮ ਧਿਆ ਲਿਆ ਗੁਰੂ ਦੇ ਸ਼ਬਦ ਨੂੰ ਸਮਝ ਲਿਆ ਗੁਰੂ ਦੇ ਸ਼ਬਦੇ ਦੇ ਨਾਲ ਜੀਵਨ ਜੋੜ ਲਿਆ ਜਿਨਹੀ ਨਾਮ ਧਿਆਇਆ ਗਏ ਮੁਸਕਤ ਘਾਲ ਮੁਸਕਤ ਕਰਕੇ ਉਸ ਪ੍ਰਭੂ ਦੇ ਨਾਮ ਦੀ ਕਮਾਈ ਕਰ ਲਈ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਉਹਨਾਂ ਦੇ ਹੀ ਮੁਖ ਉਜਲੇ ਨੇ ਉਸ ਪ੍ਰਭੂ ਪਰਮਾਤਮਾ ਦੀ ਦਰਗਾਹ ਦੇ ਅੰਦਰ ਜਿਨ੍ਹਾਂ ਨੇ ਪ੍ਰਭੂ ਦੇ ਨਾਮ ਦੀ ਕਮਾਈ ਕਰ ਲਈ ਤੇ ਜਿਨ੍ਹਾਂ ਨੇ ਨਾਮ ਨੂੰ ਸਹਾਰਾ ਨਹੀਂ ਬਣਾਇਆ ਨਾਮ ਤੋਂ ਟੁੱਟੇ ਰਹੇ ਸੰਗਤ ਜੀ ਉਹਨਾਂ ਦੇ ਫਿਰ ਮੁਖ ਦੇ ਉੱਪਰ ਕਾਲਖ ਹੀ ਮਲੀ ਜਾਂਦੀ ਹੈ ਭਾਵੇਂ ਕਿੱਡੇ ਗੁਰੂ ਪੀਰ ਬਣਦੇ ਹੋਣ ਅੰਤ ਵੇਲੇ ਜਿਹੜਾ ਹੈ ਉਤੋਏ ਤੋਂਏ ਉਹ ਪੱਲੇ ਪੈਂਦੀ ਹੈ ਪਰ ਜਿਨ੍ਹਾਂ ਨੇ ਸੱਚੇ ਨਾਮ ਦੀ ਇੱਕ ਗੁਰੂ ਦੀ ਇੱਕ ਓੰਕਾਰ ਦੀ ਸਿਫਤ ਸਲਾਹ ਕੀਤੀ ਉਹਨਾਂ ਨੇ ਸਤਗੁਰੂ ਜੀ ਦੀ ਚਰਨ ਤੇ ਸਤਗੁਰੂ ਜੀ ਦੀ ਸ਼ਰਣ ਜਿਹੜੀ ਹੈ ਉਹ ਪ੍ਰਾਪਤ ਕਰ ਲਈ ਸੋ ਸਤਗੁਰੂ ਜੀ ਕਿਰਪਾ ਕੰਨ ਆਪ ਸੰਗਤ ਦੇ ਸਹਿਯੋਗ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਮੀਡੀਆ ਦੇ ਸਹਿਯੋਗ ਦੁਆਰਾ ਜਪਜੀ ਸਾਹਿਬ ਜੀ ਦੀ ਲੜੀਵਾਰ ਜਿਹੜੀ ਸਤਗੁਰੂ ਜੀ ਨੇ ਸ਼ਬਦ ਵਿਚਾਰ ਆਰੰਭ ਕਰਾਈ ਸੀ ਸੋ ਅੱਜ ਸਤਗੁਰੂ ਸੱਚੇ ਪਾਤਸ਼ਾਹ ਨੇ ਸੰਪੂਰਨਤਾ ਕਰਵਾਈ ਹੈ ਸ਼ਬਦ ਨੂੰ ਪੜਦਿਆਂ ਵਿਚਾਰਦਿਆਂ ਆਪ ਜੀ ਦੇ ਨਾਲ ਸਾਂਝ ਕਰਦਿਆਂ ਇੱਕ ਨਹੀਂ ਸੰਗਤ ਜੀ ਅਨੇਕਾਂ ਗਲਤੀਆਂ ਅਨੇਕਾਂ ਭੁੱਲਾਂ ਅਨੇਕਾਂ ਤਰੁੱਟੀਆਂ ਹੋ ਜਾਂਦੀਆਂ ਨੇ ਮਨੁੱਖੀ ਜੀਵ ਹਾਂ ਚਮੜੇ ਦੀ ਜ਼ੁਬਾਨ ਹੈ ਸਤਗੁਰੂ ਜੀ ਦੀ ਸੱਚਖੰਡ ਦੀ ਆਈ ਹੋਈ ਬਾਣੀ ਨੂੰ ਬਿਆਨ ਕਰਨ ਦੇ ਯੋਗ ਨਹੀਂ ਪਰ ਫਿਰ ਵੀ ਸਤਿਗੁਰੂ ਦੇ ਚਰਨਾਚਰਨਾਂ 'ਚ ਅਰਦਾਸ ਬੇਨਤੀ ਹੈ ਸਤਿਗੁਰੂ ਕਿਰਪਾ ਕਰੋ ਆਪਣੇ ਸ਼ਬਦ ਨੂੰ ਆਪ ਹੀ ਸਮਝਣ ਦੇ ਯੋਗ ਬਣਾ ਲਓ ਤੇ ਆਪਣੇ ਸ਼ਬਦੀ ਸੇਵਾ ਕਰਵਾ ਲਓ ਹੋਈਆਂ ਬਿਆੰਤ ਬਿਆੰਤ ਗਲਤੀਆਂ ਭੁੱਲਾਂ ਦੀ ਆਪ ਜੀ ਦੇ ਪਾਸੋਂ ਖੇਮਾਂ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਿਰਪਾ ਕਰਨ ਆਪਣੇ ਸ਼ਬਦ ਦੇ ਨਾਲ ਜੋੜ ਕੇ ਸਾਡੇ ਵੀ ਇਸ ਜੀਵਨ ਨੂੰ ਘੜ ਕੇ ਗੁਰੂ ਦੇ ਸ਼ਬਦ ਦੇ ਯੋਗ ਬਣਾ ਦੇਣ ਤੇ ਭੁੱਲਾਂ ਨਾ ਚਤਾਰਦਿਆਂ ਹਾਂ ਗੁਰੂ ਦੇ ਸ਼ਬਦ ਨੂੰ ਕਮਾਈਏ ਆਪਣੇ ਜੀਵਨ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੱਸੇ ਹੁਕਮ ਅਨੁਸਾਰ ਆਨੰਦ ਲੈ ਸਕੀਏ ਜੀ ਸੋ ਇਸੇ ਦੇ ਨਾਲ ਆਪ ਸੰਗਤਾਂ ਦੇ ਪਾਸੋਂ ਆਗਿਆ ਚਾਹਾਂਗਾ ਆਓ ਸਤਿਗੁਰੂ ਜੀ ਕਿਰਪਾ ਕਰਨ ਪੜੀ ਤੇ ਸੁਣੀ ਬਾਣੀ ਦਰ ਸੱਚਖੰਡ ਪ੍ਰਵਾਨ ਕਰਕੇ ਦਾਸਾਂ ਦੀ ਤੇ ਆਪ ਸੰਗਤਾਂ ਦੀ ਹਾਜ਼ਰੀ ਵੀ ਸੱਚਖੰਡ ਪ੍ਰਵਾਨ ਕਰਨ ਜੀ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਬਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ